ਹਫਸ ਦੇ ਇੱਕ ਅੰਨੇ ਵਿਅਕਤੀ ਵੱਲੋਂ ਇੱਕ 6 ਸਾਲਾ ਮਾਸੂਮ ਬੱਚੀ ਨੂੰ ਆਪਣਾ ਹਫਸ ਦਾ ਸ਼ਿਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਦਰਅਸਲ ਮਾਮਲਾ ਲੁਧਿਆਣਾ ਦਾ, ਜਿੱਥੇ ਕਿ ਆਰੋਪੀ ਇਸ ਵਾਰਦਾਤ ਨੂੰ ਉਦੋਂ ਅੰਜਾਮ ਦਿੱਤਾ ਜਦੋਂ ਬੱਚੀ ਦੇ ਪਰਿਵਾਰਕ ਮੈਂਬਰ ਗੂੜੀ ਨੀਂਦ 'ਚ ਸੌਰੇ ਸਨ, ਜਿਸ ਦਾ ਫਾਇਦਾ ਉਠਾ ਆਰੋਪੀ ਬੱਚੀ ਨੂੰ ਅਗਵਾ ਕਰ ਝਾੜੀਆਂ 'ਚ ਲੈ ਗਿਆ ਅਤੇ ਉਸ ਨਾਲ ਨਸ਼ੇ ਦੀ ਹਾਲਤ 'ਚ ਜ਼ਬਰ ਜਨਾਹ ਕੀਤਾ। ਇਸ ਵਾਰਦਾਤ ਦਾ ਪਤਾ ਲੱਗਣ ਤੋਂ ਬਾਅਦ ਪੀੜਤ ਬੱਚੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਅਤੇ ਮਾਮਲਾ ਪੁਲਿਸ ਕੋਲ ਪਹੁੰਚਣ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਆਰੋਪੀ ਨੂੰ ਕਾਬੂ ਕਰ ਲਿਆ। हम लोग रात में सोते थे, अपने बेटी के लेके उठा के लेके चल गया। कौन ले गए उठा के तुम्हारी बेटी को? चोर। कहाँ रहते हैं वो उठा के लेके गए? को कमरा में मैं सोया था। कितने साल की बेटी है आपकी? 5 साल की। कब उठा के लेके गई? हम लोग को भी नहीं मालिक। कैसे पता चला आपको? हम मैंने उठा 2 बजे पेशाब करने लिया, तो मैंने देखा कि मैं गुड़िया नहीं है, मैंने हल्ला किया लगा। ਅਸੀਂ ਐਫ ਆਈ ਆਰ ਨੰਬਰ 263 ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 364, 376 ਅਤੇ ਪੋਕਸੋ ਐਕਟ। ਇਹਦੇ 'ਚ ਆ ਬਬਲੂ ਨਾਮਕ ਮੁੰਡਾ ਹੈ, ਇਹਨੇ ਇੱਕ 6 ਸਾਲ ਦੀ ਕੁੜੀ ਨੂੰ ਉਹਦੇ ਵਿਹੜੇ ਤੋਂ ਚੱਕ ਕੇ ਰਾਤ ਨੂੰ 1:30-2 ਵਜੇ ਲੈ ਗਿਆ। ਨੇੜੇ ਹੀ 400-500 ਮੀਟਰ 'ਚ ਝਾੜੀਆਂ ਸੀ ਜਿੱਥੇ ਲਿਆ ਕੇ ਇਹਨੇ ਉਹਦੇ ਨਾਲ ਰੇਪ ਕੀਤਾ। ਸਾਡੇ ਕੋਲ ਇਨਫੋਰਮੇਸ਼ਨ ਸੀਗੀ ਵੀ ਇਹ ਪਿੱਛੋਂ ਯੂਪੀ ਦਾ ਹੈ, ਵੀ ਇਹ ਯੂਪੀ ਭੱਜਣ ਵਾਲਾ, ਅਤੇ ਅਸੀਂ ਆਪਣੇ ਸੋਰਸਿਸ ਰਾਹੀਂ ਬੜੇ ਤਰੀਕੇ ਨਾਲ ਇਹਨੂੰ ਕੱਲ੍ਹ ਸ਼ਾਮੀ ਸਮਰਾਲਾ ਚੌਂਕ 'ਚ ਅਰੈਸਟ ਪਾਈ ਸੀ।